ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਨੇ ਦੋਸਤਾਂ ਦਾ? ਠੀਕ ਠਾਕ ਹੋ? ਖੈਰ ਖੈਰੀਅਤ ਦੇ ਨਾਲ ਹੋ? ਦੋਸਤਾਂ ਦਾ ਕੀ ਹਾਲ ਚਾਲ ਹੈ? ਆਪਣੇ ਬੈਠ ਬੈਠ ਕੇ ਥੱਲੇ ਫੇਸਬੁੱਕ ਚਲਾ ਚਲਾ ਕੇ ਔਰ ਵਟਸਐਪ ਦੇਖ ਦੇਖ ਕੇ ਹੁਣ ਜਿਹੜਾ ਨਾ ਥੱਕ ਗਏ ਸੀ। ਤੇ ਮੈਂ ਕਿਹਾ ਸਾਰੇ ਦੋਸਤਾਂ ਦੇ ਨਾਲ ਜ਼ਰਾ ਲਾਈਵ ਆਈਏ, ਗੱਪਸ਼ਪ ਹੋਵੇ। ਜਿਤਨੇ ਵੀ ਦੋਸਤ ਦੇਖ ਰਹੇ ਹੋ ਸਾਰੇ ਦੋਸਤਾਂ ਨੂੰ ਅਸਲਾਮੁ ਅਲੈਕੁਮ, ਔਰ ਟਾਈਮ ਪਾਸ ਕਰਨ ਲਈ ਸਾਰੇ ਦੋਸਤਾਂ ਨੂੰ ਮੈਂ ਕਿਹਾ ਚਲੋ, ਕਾਫੀ ਦੋਸਤ ਮੈਸੇਜ ਦੇ ਉੱਪਰ ਵੀ ਨੇ, ਔਰ ਅਦੀਲ ਭਾਈ ਵੀ ਨੇ ਇੱਥੋਂ ਸਾਊਦੀਆ ਤੋਂ, ਦੁਬਈ ਤੋਂ, ਜੀਮੀ ਭਾਈ ਵੀ ਨੇ, ਹੋਰ ਵੀ ਜਿਹੜੇ ਦੋਸਤ ਮੇਰੇ ਪਿਆਰ ਵਾਲੇ, ਜਿਤਨੇ ਵੀ ਦੋਸਤਾਂ ਨੇ ਸਾਨੂੰ ਸਲਾਮ ਕੀਆ, ਵਾਲੇਕੁਮ ਅਸਲਾਮ। ਚੌਧਰੀ ਮੁਸਤਫਾ ਸਾਹਿਬ ਵੀ ਆ ਗਏ ਜੀ, ਮੇਰੇ ਬੜੇ ਪਿਆਰ ਵਾਲੇ ਮੇਰੇ ਭਾਈ ਨੇ, ਵੱਡੇ ਚੈਂਪੀਅਨ ਨੇ, ਚੈਂਪੀਅਨ ਜੇਲਮ ਰਹੇ ਨੇ ਮਾਸ਼ਾਅੱਲਾ। ਸੂਰਜ ਹੈ ਨਾ, ਔਰ ਸਾਰੇ ਦੋਸਤਾਂ ਤੋਂ ਇਹ ਵੀ ਮੈਂ ਪੁੱਛਣਾ ਚਾਹਾਂਗਾ ਕਿ ਕਿਸੇ ਸਾਰੇ ਦੋਸਤਾਂ ਦੇ ਵਿੱਚ ਕਿਸੇ ਜਗ੍ਹਾ 'ਤੇ ਵੀ ਕਿਸੇ ਦੇ ਅਜ਼ੀਜ਼ ਨੂੰ, ਕਿਸੇ ਦੇ ਕਰੀਬੀ ਬੰਦੇ ਨੂੰ ਕਰੋਨਾ ਵਾਇਰਸ ਉਹ ਹੈ ਇਸ ਟਾਈਮ? ਕਿਸੇ ਦੇ ਨੋਟਿਸ ਦੇ ਵਿੱਚ ਹੈ ਕਿ ਕਿਸੇ ਲੱਗਦੇ ਬੰਦੇ ਨੂੰ ਪ੍ਰੋਬਲਮ ਬਣੀ ਹੋਵੇ? ਅੱਲਾਹ ਦਾ ਸ਼ੁਕਰ ਹੈ, ਹੁਣ ਤੱਕ ਤਾਂ ਜਿਹਨੂੰ ਵੀ ਪੁੱਛਿਆ ਉਹ ਸੇਫ ਨੇ ਸਾਰੇ, ਨਾ ਬਚੇ ਹੋਏ ਨੇ। ਅਤੇ ਸਭ ਤੋਂ ਬਿਹਤਰੀਨ ਹੱਲ ਵੀ ਇਹਦਾ ਇਹੀ ਹੈ ਕਿ ਘਰਾਂ ਦੇ ਵਿੱਚ ਰਹੋ, ਔਰ ਕੋਸ਼ਿਸ਼ ਕਰੋ ਕਿ ਮੇਲ ਮਿਲਾਪ ਨਾ ਹੋਵੇ। ਦੋ ਦੋਸਤ ਮੇਰੇ ਕੋਲ ਆਏ ਸੀ ਅਤੇ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਕਿ ਯਾਰ ਮੁਲਾਕਾਤ ਨਹੀਂ ਹੋਣੀ, ਔਰ ਬਸ ਦੂਰੋਂ ਦੂਰੋਂ ਹੀ ਹੈਲੋ ਹਾਏ ਹੋਈ। ਕਾਫੀ ਕਬੂਤਰ ਨੇ ਦੋਸਤਾਂ ਨੂੰ ਬਾਰ 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 ਦਿਖਾਏ ਨੇ, ਔਰ ਮੈਸੇਜ ਵੀ ਆ ਰਹੇ ਨੇ ਨੀਚੇ ਦੋਸਤਾਂ ਦੇ। ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਅਰਸ਼ਦ ਮਹਿਮੂਦ ਭਾਈ, UK ਦੇ ਵਿੱਚ ਤਾਂ ਬਹੁਤ ਜਿਹੜਾ ਨਾ ਉਹ ਸੀਰੀਅਸ ਕੰਡੀਸ਼ਨ ਚੱਲ ਰਹੀ ਹੈ। ਜਿੰਨੇ ਵੀ ਦੋਸਤ ਬਾਹਰ ਨੇ ਉਹ ਤਾਂ ਵਿਚਾਰੇ ਇਸ ਪ੍ਰੋਬਲਮ ਦਾ ਸ਼ਿਕਾਰ ਹੈ ਨੇ। ਅੱਲਾਹ ਤਾਲਾ ਦੀ ਜ਼ਾਤ ਪੂਰੀ ਦੁਨੀਆ ਦੇ ਉੱਤੇ ਜਿਹੜਾ ਨਾ ਸਾਡੀ ਖਸੂਸੀ ਦੁਆ ਹੈ ਕਿ ਆਪਣੇ ਹਬੀਬ ਦੇ ਸਦਕੇ ਰਹਿਮਤ ਕਰਮ ਵਾਲਾ ਮਾਮਲਾ ਕਰੇ ਔਰ ਇਸ ਬਿਮਾਰੀ ਤੋਂ ਜਾਨ ਛੁੱਟ ਜਾਏ ਬਾਕੀਆਂ ਦੀ। ਰਿਜ਼ਲਟ ਦੋਸਤ ਕਹਿ ਰਹੇ ਸਹੀ ਨਹੀਂ ਆ ਰਿਹਾ, ਰਿਜ਼ਲਟ ਠੀਕ ਹੈ ਜੀ। ਫਰਾਜ਼ ਭਾਈ ਥੋੜ੍ਹੀ ਜਿਹੀ ਤਬੀਅਤ ਖਰਾਬ ਹੋਈ ਸੀ, ਬੁਖਾਰ ਸੀ ਔਰ ਕਾਫੀ ਗਲਾ ਵੀ ਖਰਾਬ ਸੀ, ਗਲੇ ਦੀ ਵਜ੍ਹਾ ਤੋਂ ਬੁਖਾਰ ਸੀ ਅਤੇ ਥੋੜ੍ਹੀ ਜਿਹੀ ਵੱਧ ਪਰਹੇਜ਼ ਹੀ ਕੀਤੀ ਸੀ ਉਹਦੀ ਵਜ੍ਹਾ ਤੋਂ। ਅਤੇ ਉਮੀਦ ਹੈ ਜੀ ਕਿ ਸਾਰੇ ਦੋਸਤ ਠੀਕ ਹੋਣਗੇ। ਅਤੇ ਕਿਹੜਾ ਜੀ? ਸਹੀ ਅਰਸ਼ਦ ਭਾਈ, ਸੇਵ ਕਰ ਰਹਿਣਾ, ਮੈਂ ਕਹਿੰਦਾ
ਘਰ ਰਹਿਣਾ ਜ਼ਿਆਦਾ ਬਿਹਤਰ ਹੈ ਬਜਾਏ ਇਸਦੇ ਕਿ ਬਿਮਾਰ ਹੋ ਕੇ ਹਸਪਤਾਲ 'ਚ ਰਹਿਣ ਨਾਲ। ਜੀ ਦੋਸਤੋ, ਮੈਨੂੰ ਇਹ ਦੱਸੋ ਕਿ ਤੁਹਾਨੂੰ ਜਿਹੜੇ ਪੇਅਰ ਲੱਗੇ ਹੋਏ ਨੇ, ਕ੍ਰੋਸ ਪੇਅਰ ਜਾਂ ਜਿਸ ਤਰ੍ਹਾਂ ਵੀ ਦੋ ਚਾਰ ਲੱਗੇ ਹੋਏ, ਪੇਅਰਾਂ ਦਾ ਸ਼ੌਕ ਕਰਾਵਾਂ ਤੁਹਾਨੂੰ ਅਗਰ ਤੁਸੀਂ ਕਹੋ ਤਾਂ। ਹੁਣ ਟਾਈਮ ਤਾਂ ਗੁਜ਼ਰੇਗਾ ਹੀ, ਅਤੇ ਤੁਹਾਨੂੰ ਜਿਹੜਾ ਨਾ ਮੈਂ ਪੇਅਰ ਦਾ ਸ਼ੌਕ ਕਰਵਾਉਣਾ ਵਨ ਬਾਈ ਵਨ। ਕੀ ਖਿਆਲ ਹੈ, ਕਰੋਗੇ ਦੱਸੋ ਜ਼ਰਾ। ਹਨੀ ਭਾਈ ਕਹਿ ਰਿਹਾ ਪਿੱਛੇ ਬੱਚਾ ਖੜਾ ਇਹਦਾ ਸ਼ੌਕ ਕਰਾਓ। ਇਹ ਮਾਸ਼ਾਅੱਲਾ ਆਪਣੇ ਘਰ ਦੇ ਬੱਚੇ ਨੇ ਔਰ ਇਹ ਸਾਰੇ ਕ੍ਰੋਸ ਨੇ, ਕ੍ਰੋਸ ਬਰੀਡ ਦੇ ਬੱਚੇ ਨੇ। ਦੇਖੋ ਇਹਨਾਂ ਦੀਆਂ ਜਸਾਮਤ ਕੈਸੀਆਂ ਨੇ, ਅੱਲਾ ਦਾ ਸ਼ੁਕਰ ਪਲਾਈ ਵੀ ਬੜੀ ਅੱਛੀ ਹੈ। ਜੀ ਬਿਸਮਿਲ੍ਲਾ ਸੈਯਦ ਬਾਬਰ ਸ਼ਾਹ ਸਾਹਿਬ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਬਾਬਰ ਭਾਈ ਦੀ ਗ੍ਰੇਟ, ਕੀ ਹਾਲ ਜੀ ਬਾਬਰ ਭਾਈ, ਠੀਕ ਠਾਕ ਹੋ? ਅੰਦਰ ਆਓ ਸਰ, ਅੰਦਰ ਆਓ ਸਰ। ਯੇ ਕਿਆ ਪਹਿਨਾ ਹੈ ਆਪਨੇ? ਇਹ ਦੇਖੋ ਜੀ, ਯੇ ਕਿਸ ਲਈ ਪਹਿਨਤੇ ਹੈ? ਜਬ ਉੱਪਰ ਆਤੇ ਹੈ ਤੋ। ਜਬ ਉੱਪਰ ਆਤੇ ਹੈ ਨਾ ਤੋ ਫਿਰ ਯੇ ਮੇਰਾ ਬੇਟਾ ਆ ਗਿਆ ਜੀ ਉੱਪਰ। ਇਧਰ ਖੜੇ ਹੋ ਜ਼ਰਾ। ਮੂਸਾ ਬਾਹਰ ਕਿਆ ਆਇਆ ਹੁਆ ਹੈ? ਕੋਰੋਨਾ ਵਾਇਰਸ। ਕਿਆ ਆਇਆ ਹੁਆ ਹੈ? ਕੋਰੋਨਾ ਵਾਇਰਸ। ਕੋਰੋਨਾ ਵਾਇਰਸ ਆਇਆ ਹੁਆ ਹੈ ਤੋ ਫਿਰ ਆਪ ਤੋ ਵੀ ਲੱਗ ਜਾਏਗਾ। ਘਰ ਘਰ ਸੇ ਬਾਹਰ ਨਹੀਂ ਨਿਕਲਣਾ ਚਾਹੀਏ, ਘਰ ਸੇ ਅੰਦਰ ਹੀ ਰਹਿਣਾ ਚਾਹੀਏ। ਠੀਕ ਹੈ, ਲਓ ਜੀ ਸਪੈਸ਼ਲਿਸਟ ਡਾਕਟਰ ਸਾਹਿਬ ਜਿਹੜੇ ਨੇ, ਨੈਰੋ ਸਰਜਨ, ਉਹਨਾਂ ਨੇ ਤੁਹਾਨੂੰ ਇਹ ਗਾਈਡਲਾਈਨ ਦੇ ਦਿੱਤੀ ਕਿ ਘਰੋਂ ਬਾਹਰ ਨਹੀਂ ਨਿਕਲਣਾ ਔਰ ਕੋਸ਼ਿਸ਼ ਕਰਨੀ ਘਰ ਹੀ ਰਹਿਣਾ। ਠੀਕ ਹੈ, ਕਿਉਂਕਿ ਬਾਹਰ ਜਿਹੜਾ ਕਰੋਨਾ ਵਾਇਰਸ ਆਇਆ। ਜੀ ਵਸੀਮ ਬਾਈ ਦੀ ਗ੍ਰੇਟ, ਵਸੀਮ ਮਹਿਰ ਸਾਹਿਬ। ਜੀ ਠੀਕ ਹੋ ਗਿਆ ਜੀ, ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਉਹਨਾਂ ਕਬੂਤਰਾਂ ਦਾ ਸ਼ੌਕ ਕਰਾਵਾਂ ਜਿਹੜਾ ਤੁਹਾਨੂੰ ਪਹਿਲੇ ਨਹੀਂ ਕਰਾਇਆ। ਹਨੀ ਭਾਈ ਇਨਕੋ ਅੰਦਰ ਕਰੋ ਫਿਰ। ਲਓ ਜੀ ਤੁਹਾਨੂੰ ਦੋਸਤ ਕਹਿ ਰਹੇ ਡੈਡੀ ਦਾ ਸ਼ੌਕ ਕਰਾਓ ਪਹਿਲੇ, ਜਾਂ ਮੈਂ ਤੁਹਾਨੂੰ ਲੱਗੇ ਹੋਏ ਜੋੜਿਆਂ ਦਾ ਕਹਾਂ। ਛੋਟੇ ਉਸਤਾਦ ਵੀ ਆ ਗਏ ਮਾਸ਼ਾਅੱਲਾ। ਹਾਂਜੀ ਸਹੀ ਕਹਿ ਰਹੇ ਹੋ, ਨੀਲੇ ਦਿਖਾਓ। ਨੀਲੇ ਨਹੀਂ ਆਏ ਯਾਰ, ਰੰਗ ਕਰਕੇ ਰੰਗ ਹੀ ਕਰ ਸਕਦੇ ਆ ਮੀਰ ਅਵਾਨ ਸਾਹਿਬ ਨੀਲਿਆਂ ਤੋਂ। ਨੀਲੇ ਨਹੀਂ ਆਏ ਜੀ ਆਪਣੇ ਕੋਲ। ਜ਼ੈਨ ਬਾਈ ਕਿਤਨੀ ਦਫ਼ਾ ਡਲਤੇ ਹੋ ਔਰ ਕਿਤਨੀ ਮਰਤਬਾ ਡਲਤੇ ਹੋ ਦਿਨ ਮੇਂ ਯੇ। ਜੀ ਮਜ਼ਹਰ ਭਾਈ ਦੀ ਗ੍ਰੇਟ, ਉਸਤਾਦ ਮਜ਼ਹਰ ਨਿਆਜ਼ੀ ਸਾਹਿਬ ਕਸੂਰ। ਸ਼ਾਹ ਜੀ ਮਿਹਰਬਾਨੀ ਤੁਹਾਡੀ, ਸ਼ਾਹ ਜੀ ਤੁਹਾਡੀਆਂ ਦੁਆਵਾਂ ਦੇ ਨਾਲ ਹੀ ਹੈ ਇਸ ਤਰ੍ਹਾਂ। ਅਦਨਾਨ ਭਾਈ ਵੀ ਲਾਈਵ ਨੇ, ਚੌਧਰੀ ਮੁਸਤਫਾ ਸਾਹਿਬ ਵੀ ਨੇ, ਵਿੱਕੀ ਭਾਈ ਵੀ ਨੇ, ਮਜ਼ਹਰ ਨਿਆਜ਼ੀ ਸਾਹਿਬ ਵੀ ਨੇ। ਮੈਂ ਸ਼ੌਕ ਕਰਾਉਣਾ ਜੀ ਇੱਕ ਅੱਧਾ ਤੁਹਾਨੂੰ ਆਪਣੇ ਸ਼ੌਕ ਨਾਲ। ਇੱਕ ਬਰੀਡਰ ਜੋੜਾ ਲਾਇਆ ਪਹਿਲੇ, ਉੱਥੋਂ ਤੁਹਾਨੂੰ ਸ਼ੌਕ ਕਰਾਉਣਾ। ਕਮੱਗਰ ਬਲੱਡ ਲਾਈਨ ਮੀਆਂ ਨਜ਼ੀਰ ਸਾਹਿਬ। ਇਹ ਕਬੂਤਰ ਪਹਿਲੇ ਇੱਕ ਦੋਸਤ ਦੇ ਕੋਲੋਂ ਮੈਂ ਲਿਆ ਤੇ ਉਹਨੇ ਕਾਬਕ ਦੇ ਵਿੱਚ ਲਾਇਆ ਸੀ ਤੇ ਬੜੀ ਦੇਰ ਤੋਂ ਉਹਨਾਂ ਨੇ ਕਾਬਕ 'ਚ ਲਾਈ ਰੱਖਿਆ। ਇੱਥੇ ਆ ਕੇ ਥੋੜ੍ਹਾ ਜਿਹਾ ਇਹ ਫਰੈਸ਼ ਹੋਇਆ ਔਰ ਇਹਨੂੰ ਓਪਨ ਜਗ੍ਹਾ ਮਿਲੀ ਹੈ ਔਰ ਇਹ ਮਾਸ਼ਾਅੱਲਾ ਆਪਣਾ ਆਪ ਸਾਫ਼ ਕਰਦਾ ਪਿਆ। ਇਹ ਮੈਂ ਪਿਓਰ ਬਰੀਡਰ ਜੋੜਾ ਲਗਾਇਆ, ਇਹ ਕਮੱਗਰ ਕਬੂਤਰ ਹੈ। ਅਤੇ ਬੇਸ਼ੁਮਾਰ ਵਾਰੀ ਮੈਂ ਦੋਸਤਾਂ ਨੂੰ ਦੱਸ ਚੁੱਕਿਆ ਕਿ ਕਾਲੇ ਨੂਰ ਤੋਂ ਬਾਅਦ ਅਗਰ ਇਸ ਤਰ੍ਹਾਂ ਦਾ ਫਿਰੋਜ਼ੀ ਰਿੰਗ ਜਿਹੜਾ ਇਹ ਆਵੇ। ਔਰ ਦੇਖੋ ਨਾ ਤੁਸੀਂ, ਹਨੀ ਭਾਈ ਜ਼ਰਾ ਕਲੋਜ਼, ਥੋੜ੍ਹਾ ਜਿਹਾ ਕਲੋਜ਼ ਕਰਨਾ। ਤੁਸੀਂ ਦੇਖੋ ਉਹਦੇ ਅੱਖ ਦੇ ਵਿੱਚ ਰੰਗ ਕਿੰਨੇ ਜ਼ਬਰਦਸਤ ਨੇ, ਕਿੰਨੇ ਰਿੰਗ ਨੇ।
ਕਾਲਾ ਨੂਰ ਹੈ, ਉਹਦੇ ਬਾਅਦ ਗ੍ਰੇ ਹੈ ਪੂਰਾ, ਉਸ ਤੋਂ ਬਾਅਦ ਵਾਈਟ ਹੈ, ਉਸ ਤੋਂ ਬਾਅਦ ਔਰੇਂਜ ਹੈ ਲਾਈਟ ਜਿਹਾ, ਉਸ ਤੋਂ ਬਾਅਦ ਫਿਰ ਲਾਸਟ ਦੇ ਉੱਤੇ ਦੇਖੋ ਖਲੀਜੀ ਰੰਗ ਦਾ ਰਿੰਗ ਹੈ। ਇਹ ਅਕਲਾਂ ਦੇ ਬਾਦਸ਼ਾਹ ਕਬੂਤਰ ਹੁੰਦੇ ਨੇ। ਇਨਸ਼ਾਅੱਲਾ ਜਿਹੜੇ ਕੋਈ ਸੀਨੀਅਰ ਦੋਸਤ ਵੀ ਦੇਖਣਗੇ ਅਤੇ ਉਹ ਐਗਰੀ ਕਰਨਗੇ। ਬਾਕੀ ਤਾਂ ਕੁਛ ਸਾਡੇ ਦੋਸਤ ਕਹਿੰਦੇ ਨੇ ਕਿ ਇਹ ਜਿਹੜੀਆਂ ਟਿੱਪਾਂ ਛਿੱਪਾਂ ਨੇ ਇਹ ਕੁਛ ਵੀ ਨਹੀਂ ਹੁੰਦੀਆਂ, ਸਿਰਫ ਬਲੱਡ ਹੀ ਹੁੰਦਾ। ਉਹ ਵੀ ਆਪਣੀ ਜਗ੍ਹਾ ਕਿਸੇ ਹੱਦ ਤੱਕ ਠੀਕ ਨੇ, ਲੇਕਿਨ ਇਹ ਜਿਹੜੇ ਪੁਆਇੰਟਸ ਨੇ ਕਬੂਤਰਾਂ ਦੇ, ਇਹ ਅਗਰ ਕੰਪਲੀਟ ਨਹੀਂ ਹੋਣਗੇ ਤਾਂ ਕਬੂਤਰ ਚੈਂਪੀਅਨ ਲੈਵਲ ਤੱਕ ਨਹੀਂ ਲੜ ਸਕੇਗਾ। ਅਤੇ ਬਹਰਹਾਲ ਇਹ ਕਬੂਤਰ ਤੁਹਾਨੂੰ ਇਹਦਾ ਮੈਂ ਕੁੰਦੇ ਦਾ ਸ਼ੌਕ ਕਰਾਉਂਦਾ। ਦੇਖੋ ਮਾਸ਼ਾਅੱਲਾ ਇਹਦਾ ਕੁੰਦਾ, ਇੰਨੀ ਲੈਂਥ ਹੋਣੀ ਚਾਹੀਦੀ ਕਮ ਅਜ਼ ਕਮ, ਜਿਹੜੇ ਨੇ ਪਰਵਾਜ਼ੀ ਕਬੂਤਰ ਦੀ ਕਮ ਅਜ਼ ਕਮ ਬਰੀਡਰ ਕਬੂਤਰ ਦੀ ਇੰਨੀ ਲੈਂਥ ਹੋਣੀ ਚਾਹੀਦੀ ਹੈ ਪਰਾਂ ਦੀ। ਇਹ ਤਾਂ ਕਾਬਕ ਦੇ ਵਿੱਚ ਲੱਗਾ ਸੀ ਅਤੇ ਬਸ ਕਬੂਤਰ ਬਹੁਤ ਨਾਯਾਬ ਸੀ ਅਤੇ ਉਹਦੇ ਨਾਲ ਬਹੁਤ ਜ਼ੁਲਮ ਹੋਇਆ ਇੰਨੀ ਦੇਰ। ਹੁਣ ਇਹ ਸਾਫ਼ ਪਾਰ ਕੱਢ ਰਿਹਾ ਔਰ ਆਪਣਾ ਆਪ ਵੀ ਸਾਫ਼ ਕਰ ਰਿਹਾ। ਇੱਥੇ ਆ ਕੇ ਵੀ ਬਜਾਏ ਇਹਨੂੰ ਰੈਸਟ ਦੇਣ ਦੇ ਇਹਨੂੰ ਮੈਂ ਜੋੜੇ ਲਾ ਤਾ। ਬਾਬਾ ਜੀ ਬੇਟਾ, ਅਭੀ ਤੋਂ ਮੈਂ ਉੱਪਰ ਆਇਆ ਹੂੰ, ਇਹਦੇ ਨਾਲ ਤੁਹਾਨੂੰ ਮੈਂ ਮਾਦੀ ਵੀ ਲੱਗੀ ਦਿਖਾਉਣਾ ਜੀ। ਜੀ ਦੋਸਤੋ, ਮੈਂ ਤਾਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਇਹ ਟਾਈਮ ਪਾਸ ਲਈ ਸਾਰੇ ਦੋਸਤਾਂ ਨੂੰ ਨਾਲ ਲਾਇਆ ਕਿ ਦੋਸਤੇ ਵੀ ਵਿਚਾਰੇ ਦੋਸਤ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਜਿਹੜਾ ਉਹ ਪਾਬੰਦ ਹੋ ਕੇ ਬੈਠੇ ਨੇ, ਅਤੇ ਚਲੋ ਉਹਨਾਂ ਦਾ ਮੈਂ ਟਾਈਮ ਗੁਜ਼ਾਰਾਂ। ਔਰ ਕੁਛ ਸਾਡੇ ਯੂਟਿਊਬ ਦੇ ਦੋਸਤ ਐਸੇ ਨੇ ਜਿਨ੍ਹਾਂ ਦਾ ਇਹ ਰੋਜ਼ਗਾਰ ਹੈ, ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਐਸਾ ਕੋਈ ਨਾ ਕੋਈ ਕੰਮ ਕਰਦੇ ਰਹੀਏ ਜਿਹਦੇ ਨਾਲ ਸਾਰੇ ਦੋਸਤਾਂ ਦਾ ਸਿਸਟਮ ਸਰਕਲ ਚੱਲਦਾ ਰਹੇ, ਪਰਦੇਸੀ ਭਾਈ ਜਿਹੜੇ ਉਹਨਾਂ ਦਾ ਟਾਈਮ ਲੰਘਦਾ ਰਹੇ, ਅਤੇ ਯੂਟਿਊਬ ਵਾਲੇ ਜਿਹੜੇ ਦੋਸਤ ਨੇ ਜਿਨ੍ਹਾਂ ਨੇ ਚੈਨਲਸ ਬਣਾਏ ਨੇ ਉਹਨਾਂ ਦਾ ਰੋਜ਼ਗਾਰ ਚੱਲਦਾ ਰਹੇ, ਸਾਡਾ ਟਾਈਮ ਗੁਜ਼ਰਦਾ ਰਹੇ ਔਰ ਸਾਰੇ ਦੋਸਤਾਂ ਦਾ ਸ਼ੌਕ ਵੀ ਹੁੰਦਾ ਰਹੇ। ਇਹ ਕਬੂਤਰੀ ਮੈਂ ਇਹਦੇ ਨਾਲ ਲਗਾਈ ਜੀ, ਅਸਲ ਕਬੂਤਰੀ ਜੀ, ਇਹ ਵੀ ਪਿਓਰ, ਔਰ ਇਹ ਜੋੜਾ ਲਾਇਆ ਮੈਂ ਇਹਦੇ ਨਾਲ। ਉਹਦੇ ਬਸ ਸਾਰੇ ਪਾਰੇ ਦੇ ਬਹੁਤ ਅੱਛੇ ਔਰ ਬੜਾ ਨਾ ਇਹਨਾਂ ਨੂੰ ਫੜੀਦਾ ਨਹੀਂ ਜ਼ਿਆਦਾ ਦੇਰ, ਇਸ ਕਰਕੇ ਥੋੜ੍ਹਾ ਜਿਹਾ ਬੁਰਾ ਮਿਲਦਾ। ਬਾਬਾ ਜੀ ਬੇਟਾ, ਅਭੀ ਤੋ ਮੈਂ ਉੱਪਰ ਆਇਆ ਹੂੰ। ਅੱਛਾ ਜੀ, ਫਿਰ ਅੱਛਾ ਫਿਰ ਮੈਂ ਉੱਪਰ ਜਾ ਕੇ ਆਇਆ ਹੂੰ। ਉਹ ਤੋ ਠੀਕ ਹੈ, ਮੁਝੇ ਆਪ ਬਤਾਨਾ ਕਿਆ ਚਾਹ ਰਹੇ ਹੈਂ ਯੇ ਬਤਾਇਆ। ਲਓ ਸਰ, ਇੱਕ ਜੋੜਾ ਪਿਓਰ ਲਗਾਇਆ ਕਮੱਗਰ, ਇਹ ਮਾਦੀ ਕੱਟੇ ਹੋਏ ਨੇ ਇਹਦੇ ਪਰ, ਇਹ ਨਾਲ ਨਾਲ ਦੋਨੋਂ ਤੁਹਾਨੂੰ ਦਿਖਾਤੇ। ਅੱਛਾ ਜੀ, ਰਿਜ਼ਲਟ ਨਹੀਂ ਠੀਕ ਆ ਰਿਹਾ ਮੇਰੇ ਖਿਆਲ 'ਚ, ਵੀਡੀਓ ਸਟੋਪ ਹੋ ਰਹੀ ਆ ਜੈਨ ਸਭ। ਜੀ ਠੀਕ ਹੋ ਗਿਆ ਮੁਲਤਾਨ ਪੀਜਨ, ਦੋ ਸੌ 42 ਵਾਚਿੰਗ ਵਿਊਜ਼ ਨੇ। ਜੀ ਫਰਾਜ਼ ਕਾਦਰੀ ਭਾਈ, ਬਸ ਕੋਸ਼ਿਸ਼ ਹੈ ਜੀ। ਇਹ ਜੋੜਾ ਦੇਖੋ ਜੀ, ਠੀਕ ਹੈ, ਸਹੀ ਹੈ ਵੀਡੀਓ। ਅੱਛਾ ਜੀ, ਲੋ ਨੀ ਭਾਈ, ਇਹ ਸਾਡੇ ਫੈਸਲਾਬਾਦੀ ਕਬੂਤਰ ਨੇ, ਇਹਨਾਂ ਨੂੰ ਅਸੀਂ ਸ਼ਾਹ ਪਰਵਾਜ਼ ਵੀ ਕਹੀਦਾ। ਇਹਦਾ ਵੀ ਅਲਹਮਦੁਲਿਲਾ ਬਹੁਤ ਆਲਾ ਰਿਜ਼ਲਟ ਹੈ। ਇਹ ਕਬੂਤਰ ਇਹ ਅਸਲ ਕਬੂਤਰ ਨੇ ਸਾਡੇ ਫੈਸਲਾਬਾਦ ਦੇ ਪ੍ਰੋਪਰ। ਇਹਦੇ ਨਾਲ ਮਾਦੀ ਵੀ ਬੜੀ ਅੱਛੀ ਲਾਈ ਹੈ ਔਰ ਬੱਚੇ ਕੱਢੇ ਨੇ ਇਹਨੇ। ਸਪੈਸ਼ਲ ਨਦੀਮ ਭਾਈ ਨੇ, ਜੀਮੀ ਭਾਈ, ਉਹਨਾਂ ਦੇ ਵਾਸਤੇ ਮੈਂ ਸ਼ੌਕ ਕਰਵਾ ਰਿਹਾ ਜੀ ਇਹਦਾ, ਬੜਾ ਉਹਨਾਂ ਨੇ ਮੈਨੂੰ ਕਿਹਾ ਸੀ ਅਤੇ ਮੈਂ ਕਿਹਾ ਚਲੋ ਮੈਂ ਕਰਾਂਗਾ। ਦੇਖੋ ਕੈਸਾ ਪਰ ਰਿਹਾ ਇਹਦਾ,
ਬਹੁਤ ਅੱਛੇ ਜਿਸਮ ਦਾ, ਬੜੀ ਅੱਛੀ ਹੱਡੀ ਦਾ, ਬੜੇ ਅੱਛੇ ਕੁੰਦੇ ਦਾ, ਬੜੇ ਅੱਛੀ ਬਲੱਡ ਲਾਈਨ ਦਾ ਹੈ ਕਬੂਤਰ। ਇਹਦੇ ਨਾਲ ਮਾਦੀ ਵੀ ਬੜੀ ਅੱਛੀ ਲਾਈ, ਉਹਦਾ ਵੀ ਮੈਂ ਤੁਹਾਨੂੰ ਸ਼ੌਕ ਕਰਾਉਂਦਾ ਜ਼ਰਾ ਉਹਦੇ, ਤੁਸੀਂ ਇਹਦਾ ਕਰੋ। क्या करूं आपके पास आके? लो जी ए कबूतरी नाल लगाई है, ए जोंसरी टैडी मादी है, और ये इंशाल्लाह ताला ऐसे बच्चे कढ़ेगी कि जेड़े जमदे बच्चे जेड़े ने ना फ्रांसीसी लगणगे, क्योंकि वह कबूतर भी नाल हो ही है, तो ये भी एक हथ टैडी और एक हथ जेड़ा ना जोंसरी कबूतरा का टच है। ठीक है जी, तो हूँ मैं तुहानू इहदा कुंदा भी दिखाना। थलो जरा पर नवें झाड़ के कढ़ रही है, नहीं भी दूर रखो ना थोड़ा जिहा। देखो कैसा कुंदा है, माशाल्लाह। ए देखो यह जोड़ा लगाया, ये बेशक ब्रीडिंग लई बंदा कट के ये चला सकता, अगे ब्रीडिंग के नाल नाल इहनू परवाजी तौर पर भी असीं अच्छा ये तो कम लै सकते हैं। बड़े आइडियल पर ने बार दे पंजे इस कबूतरी दे, ए माशाल्लाह कबूतरी उस कबूतर के नाल लगी है। यह देखो ना, ये उसके जिस्म नूं भी पूरा कर देगी, इस कबूतर के जिस्म नूं भी यह पूरा करेगी, और ये उसके वेट नूं भी कंट्रोल करेगी। ठीक है, उसका मोहरा भी ज़्यादा बैलेंस करेगी, अखां नूं भी बहुत कंप्लीट करेगी, तो अगे इंशाल्लाह ताला बच्चों के हुसन भी पूरा लियाएगी, और पर भी ये तो तुम देख चुके हो। यह कबूतर देखो क्या करूं? बैठ जाऊं? इधर खड़ा होना है? नहीं, वो मैं वीडियो बना रहा हूँ, मैं नहीं खड़ा हो सकता। जी मेरे एक बड़े प्यारे दोस्त ने सैयद हसन भाई अटक तो, उन्होंने मैंने कहा जैन भाई किसी आउट क्लास कमगर का शौक कराओ, तो मैं अपने खुडे की आउट क्लास मादी जी है ना वह तुम शौक करा लगा, तुम मज़ा भी आएगा, तो कुंदे दकल और परफेक्शन देख के तुम कहोगे कि वाकई है यह मादी है। यदा मूँह तो मोहरा देखो कैसा, बेटा इधर ही आप पॉकेट में डाल लो अपनी में। इधर रंग देखो सारा, और इधर कुंदे की पावर देखो कैसी है। हनी भाई आखिरी तीन दिखाने इधर, नेट स्लो है जरा, क्लिक नहीं ना हो रहा है, वजह तो सही कह रहे दोस्त। यह कलर देखो जी, यहाँ हूँ मैं तुम छड़ के दिखाना, यह टैडी कबूतर के नाल यह मादी लगी, यह टैडी नाल बाहर आप ही आ गया सी,
ਤੇ ਫਿਰ ਮੈਂ ਕਿਹਾ ਇਹ ਬਾਹਰ ਆ ਗਿਆ ਹੁਣ ਇਹਦੀ ਮਾਦੀ ਫੜ ਕੇ ਸ਼ੋਪ ਕਰਾਓ। ਇਹ ਕ੍ਰੋਸ ਮੈਂ ਜੋੜਾ ਲਾਇਆ, ਇਹ ਦੇਖੋ ਇਹ ਮਾਦੀ ਤੇ ਓਵਰ ਨਾਲ ਇਹ ਬੱਚਾ ਵੀ ਇਹਨਾਂ ਦਾ ਹੀ ਹੈ। ਆਹ ਵਾਲਾ ਇਹ ਮਾਲਟਾ ਠੱਲਾ ਵਾਲਾ ਬੱਚਾ ਵੀ ਇਹਨਾਂ ਦਾ ਹੀ ਹੈ, 15 ਨੰਬਰ ਦਾ ਇਹ ਬੱਚਾ ਵੀ ਇਹਨਾਂ ਦਾ ਹੀ। ਹੁਣ ਹੋਰ ਕੱਢੇ ਅੱਗੇ ਬੱਚੇ ਬੜੇ ਮਾਸ਼ਾਅੱਲਾ ਕ੍ਰੋਸ ਦੇ ਅੱਛੇ ਰਿਜ਼ਲਟ ਨੇ। ਜੀ ਦੋਸਤੋ ਫਿਰੋਜ਼ਪੁਰੀ ਬੜੇ ਬੜੇ ਦੋਸਤਾਂ ਨੇ ਦੇਖੇ ਨੇ ਰੱਖੇ ਨੇ, ਮੈਂ ਤੁਹਾਨੂੰ ਇੱਕ ਫਿਰੋਜ਼ਪੁਰੀ ਕਬੂਤਰ ਦਾ ਵੀ ਸ਼ੌਕ ਕਰਾਉਣਾ, ਉਮੀਦ ਹੈ ਤੁਹਾਨੂੰ ਮਜ਼ਾ ਵੀ ਆਏਗਾ ਔਰ ਤੁਸੀਂ ਕਹੋਗੇ ਕਿ ਮੁਨਫਰਦ ਚੀਜ਼ ਸੀ। ਇਹ ਵੱਡਾ ਫਿਰੋਜ਼ਪੁਰੀ ਕਬੂਤਰ ਹੈ ਮੇਰੇ ਕੋਲ, ਇਹ ਸਾਰਾ ਖਾਨਦਾਨ ਹੈ ਆਪਣੇ ਕੋਲ। ਦੂਰ ਕਰੋ ਥੋੜ੍ਹਾ ਜਿਹਾ, ਔਰ ਇਹ ਇਹਦਾ ਪਾਰਕ ਹੁੰਦਾ ਦੇਖੋ, ਕਲਰ ਦੇਖੋ ਇਹਦਾ, ਇਹਦੇ ਪਰਾਂ ਦੀ ਲੈਂਥ ਦੇਖੋ ਸਾਰੇ ਦੋਸਤ। ਇਹਦੀ ਦੁੰਮ ਦੇਖ ਲਓ, ਔਰ ਇਹ ਲਾਲ ਨਿਸ਼ਾਨ ਦੇਖੋ ਇਹਦੇ, ਇਹਦੇ ਕੁਦਰਤੀ ਨੇ ਲਾਲ, ਇਹਦੇ ਇਹ ਇੱਥੇ ਤੁਹਾਨੂੰ ਛੱਡ ਕੇ ਵੀ ਦਿਖਾਉਂਦਾ, ਛੱਡ ਕੇ ਵੀ ਸ਼ੌਕ ਦਿਖਾਓ ਨਹੀਂ ਬਾਈ ਜ਼ਰਾ, ਸਲਾਰੇ ਕਬੂਤਰ ਦਾ ਸ਼ੌਕ ਕਰਾਂਗੇ। ਹਾਂਜੀ ਹਾਂਜੀ ਠੀਕ ਹੈ ਬਣਾਓ। ਇਹ ਸੀਨੇ ਦੇ ਥੱਲੇ ਵੀ ਲਾਲ ਨਿਸ਼ਾਨ ਹੈ ਇਹਦਾ, ਇਹ ਕਬੂਤਰਾਂ ਨਹੀਂ ਦਿਖਾਓ ਤਰੰਗੇ ਹੱਥ ਦੋ ਜੀ ਭਾਈ ਜਾਨ, ਬੈਸਟ ਆਫ ਦੀ ਬੈਸਟ ਸਲਾਰਾ ਕਬੂਤਰ ਇਹ ਅੱਜ ਦਾ ਯਾਦ ਰਹੇਗਾ ਇਨਸ਼ਾਅੱਲਾ ਸਾਰਿਆਂ ਭਰਾਵਾਂ ਨੂੰ। आपको पता है बच्चा बच्चा किसको कहते, बड़ा किसको कहते? दे बड़ा, दे नहीं बड़ा, दे छोटा, दे बड़े। ठीक है ठीक है ठीक है। आ जरा देखो जी कुंदे दी लेंथ देखो, सलारा कबूतर है, एडे एडे पार सलारे कबूतर ने देखो, छड़ के भी देखो जरा, नहीं भाई शौक कराओ देखो कितनी अच्छी लेंथ वेल का कबूतर है, गर्दन भी बड़ी अच्छी है, लत्तां भी देखो, साइज भी देखो यार, मुसा बेटे नहीं करो चल रुक भी जा। अपने को सलारे बहुत अच्छे कबूतर ने जी, दिल मेरा सी आज मैं थानू कम से कम को 5 के सलारे इकट्ठे दिखा दूं, बल्कि थानू मैं सलारे दा ही शौक कराना सारे दा। हुण यह कबूतर सलारा देखो, ਹਨੀ ਬਾਈ ਸਾਰੇ ਅੰਦਰ ਕਰੋ ਇੱਕ ਵਾਰੀ, ਸਾਰਿਆਂ ਨੂੰ ਅੰਦਰ ਕਰੋ, ਸਲਾਰਿਆਂ ਦਾ ਹੀ ਸ਼ੌਕ ਕਰਾਉਂਦੇ, ਸਲਾਰਾ ਇਕੱਲਾ ਬਾਹਰ ਰਹਿਣ ਦਿਓ ਤੁਹਾਨੂੰ, ਚਲੋ ਨਹੀਂ ਅੰਦਰ ਵੜ ਦਿਓ ਬੱਚੇ, ਚਲੋ ਬੰਦ ਕਰੋ ਦਰਵਾਜ਼ਾ ਜ਼ਰਾ। ਲਓ ਜੀ ਸਲਾਰੇ ਦਾ ਸ਼ੌਕ ਕਰੋ ਤੁਹਾਨੂੰ, ਮੈਂ ਸਲਾਰੇ ਕੋ 5-7 ਕਬੂਤਰ ਤੁਹਾਨੂੰ ਆਲਾ ਸ਼ੇਪ ਔਰ ਆਲਾ ਸਟਰਕਚਰ ਦੇ ਸਲਾਰੇ ਦਿਖਾਉਣਾ ਜੀ। ਹਸਨ ਬਾਈ ਤੁਹਾਡੇ ਕਹਿਣ ਦੇ ਉੱਤੇ ਉਹ ਕਮੱਗਰ ਕਬੂਤਰੀ ਦਾ ਮੈਂ ਸ਼ੌਕ ਕਰਾਇਆ ਸੀ, ਹੁਣ ਤੁਹਾਨੂੰ ਮੈਂ ਟੈਡੀ ਸਲਾਰਿਆਂ ਦਾ ਸ਼ੌਕ ਕਰਾਉਣਾ। ਲਓ ਜੀ ਸਲਾਰਾ ਕਬੂਤਰ, ਇਹਦੀ ਅੱਖ ਦੀ ਬ੍ਰਾਈਟਨੈਸ ਤੁਸੀਂ ਦੇਖੋ, ਅੱਖ ਦਾ ਸਾਈਜ਼ ਦੇਖੋ,
ਅੱਖ ਦੇ ਜ਼ਰੇ ਦੇਖੋ, ਰਿੰਗ ਦੇਖੋ। ਉਹ ਦੇਖਣ ਤੋਂ ਪਹਿਲੇ ਹਨੀ ਨੇ ਦੂਰ ਵੀ ਕਰਤੇ। ਫਿਰ ਕੁੰਦੇ ਤੇ ਪਰਾਂ ਦੀ ਸ਼ੇਪ ਦੇਖੋ, ਅੱਛਾ ਜੀ। ਫਿਰ ਆ ਹੁਣ ਜ਼ਰਾ ਛੱਡ ਕੇ ਤੁਹਾਨੂੰ ਸ਼ੋਕ ਕਰਾਂਗੇ, ਕਰਾਓ ਜ਼ਰਾ ਹਨੀ ਪਈ। ਉਹ ਤੇਰੀ ਜੀ। ਲਓ ਜੀ, ਇੱਕ ਮੇਰਾ ਹੋਰ ਮੋਸਟ ਫੇਵਰੇਟ ਸਲਾਰਾ ਕਬੂਤਰ, ਜਰਾ ਦੂਰ ਕਰੋ, ਅੱਖਾਂ ਦੇਖ ਲਓ, ਇਸ ਤਰ੍ਹਾਂ ਇਸ ਤਰ੍ਹਾਂ ਬਾਹਰ ਰੱਖੀਆਂ। ਅੱਖ ਦਾ ਸਾਈਜ਼ ਵੀ ਦੇਖ ਲਓ ਕਿੱਡਾ ਵੱਡਾ, ਔਰ ਕੁੰਦਾ ਵੀ ਦੇਖੋ। ਤੁਹਾਨੂੰ ਛੱਡ ਕੇ ਵੀ ਦਿਖਾਉਣਾ ਹਨੀ ਬਾਈ, ਜਦੋਂ ਇਹ ਵੀ ਜਾਂਦੀ ਨਾ ਅੰਦਰ, ਅਤੇ ਉਹ ਅੰਦਰ ਵਾਲੇ ਬੰਦ ਕਰਨਾ, ਇਹ ਅੰਦਰ ਵਾਲੇ ਤੁਸੀਂ ਕਬੂਤਰ ਬੰਦ ਕਰੋ ਜਿੱਧਰ ਜਿੱਧਰ ਵੜਦੇ ਪਏ। ਲਓ ਜੀ, ਇਹ ਤਿੰਨ ਸਲਾਰੇ, ਤੁਹਾਨੂੰ ਮੈਂ ਸਾਰੇ ਸਲਾਰੇ ਹੀ ਦਿਖਾਉਣੇ। ਹਨੀ ਆ ਕਬੂਤਰ ਬਾਹਰ ਆ ਗਿਆ, ਹੋਏ ਹੋਏ, ਡੈਡੀ ਕਬੂਤਰ ਆ ਗਿਆ ਬਾਹਰ ਇਹਨਾਂ ਦੇ ਵਿੱਚ। ਚਲੋ ਬਸ ਬਸ, ਆਰਾਮ ਨਾਲ ਖੜੇ ਹੋ ਜਾਓ, ਬਸ ਬੇਟਾ, ਮੂਸਾ ਨਹੀਂ ਕਰੋ। ਬਾਬਾ ਦੇ ਇੱਧਰ ਆ ਰਹੇ ਹੈ। ਨਹੀਂ ਆ ਰਹੇ, ਨਹੀਂ ਆ ਰਹੇ। ਆ ਰਹੇ ਹੈ, ਮੁਝੇ ਪਤਾ ਹੈ। ਆਪਕੋ ਪਤਾ ਹੈ ਤੋ ਬਸ, ਨਹੀਂ ਆ ਰਹੇ ਨਾ। ਹਨੀ ਚਾਚੂ ਖੜਾ ਹੈ, ਦੇਖ ਰਿਹਾ ਹੈ। ਦਾਚੂ, ਇੱਧਰ ਹਮ ਤੇ ਲੈ ਤੇ ਦਲ। ਅੱਜ ਅੱਜ ਦਲ ਤੇ ਮਤਲ। ਇੱਧਰ ਦਾ ਤੇ ਲੈ ਤੇ। ਮੈਂ ਬੋਲ ਮਿਲਾ ਤੋਟਾ ਵਈ ਦੱਤਾ ਇੱਥੇ। ਅੱਛਾ ਜੀ, ਹੋਰ ਤੁਹਾਨੂੰ ਸਲਾਰੇ ਦਿਖਾਵਾਂ ਹਨੀ ਬਈ, ਜ਼ਰਾ ਦਿਖਾਓ ਇਹਨਾਂ ਨੂੰ, ਤੁਹਾਨੂੰ ਸਲਾਰੇ ਹੋਰ ਫਰਕ ਲਾ ਰਹੇ। ਡਾਚੂ ਹੁੰਦਾ ਨਾ ਬਗੀ ਜਾ ਰਿਹਾ, ਡਾਚੂ ਆ ਇੱਧਰ ਆ ਲੱਗੋ, ਚਲੋ ਕਵੀ ਇੱਧਰ ਆ ਲੱਗੋ, ਠੀਕ ਹੈ ਡਾਚੂ। ਲਓ ਜੀ, ਇੱਕ ਹੋਰ ਸਲਾਰਾ,
ਇਹ ਤਾਂ ਪੂਰਾ ਰੰਗ ਔਰ ਸ਼ੇਪ ਛੱਡ ਕੇ ਵੀ ਬਾਬਾ ਦੋ ਤੋਲੂ ਬਾਬਾ ਉਹ ਲੈ ਆਂਦਾ ਚੁੱਪ ਦੇ ਲੈ ਦੇ ਦੇ ਬਾਬਾ ਪਾਪਾ ਲੋ ਜੀ ਇੱਕ ਹੈ ਸਲਾਰਾ ਕਬੂਤਰ ਵਿੱਚ ਵਿੱਚ ਪਰ ਜਿਹੜੇ ਨਾ ਨਵੇਂ ਆ ਰਹੇ ਇਹਨਾਂ ਦੇ ਛੱਡ ਕੇ ਤੁਹਾਨੂੰ ਸ਼ੌਕ ਕਰਾਂ ਅੰਡੇ ਤੋਂ ਵੀ ਚੁੱਕ ਕੇ ਲਿਆਉਂਦੇ ਨੇ ਕਬੂਤਰ ਪੈਰ ਆਪਣਾ ਆਸਮ ਰਫੀਕ ਸਾਹਿਬ ਪਰਵਾਜ਼ ਅੱਛੀ ਹੈ ਅਤੇ ਅਸੀਂ ਇਹਨਾਂ ਨੂੰ ਰੱਖਿਆ ਅਸੀਂ ਅਲਹਮਦੁਲਿਲਾ ਮੀਡੀਆ ਪਰਸਨ ਹਾਂ ਅਤੇ ਸਾਰੀ ਦੁਨੀਆ ਫਿਰਦੇ ਹਾਂ ਅਤੇ ਅਸੀਂ ਉੱਥੋਂ ਕਬੂਤਰ ਕੋਈ ਲੈਣਾ ਹੁੰਦਾ ਜਿੱਥੇ ਕੋਈ ਕਬੂਤਰਾਂ ਦਾ ਕੋਈ ਰਿਜ਼ਲਟ ਹੋਵੇ ਕੋਈ ਪਰਫਾਰਮੈਂਸ ਹੋਵੇ ਔਰ ਵੈਸੇ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਇੱਕ ਮੇਰੀ ਇਹ ਟਿੱਪ ਹੈ ਤੁਸੀਂ ਯਾਦ ਰੱਖਿਓ ਉਹ ਇਹ ਹੈ ਕਿ ਕਦੀ ਵੀ ਆਮ ਕਬੂਤਰ ਅਤੇ ਕਦੀ ਵੀ ਕੀ ਉਹਨੂੰ ਕਹਿੰਦੇ ਨੇ ਜਿਹਨੂੰ ਤੁਸੀਂ ਸਮਝਦੇ ਹੋ ਕਿ ਫਾਰਕ ਕਬੂਤਰ ਹੈ ਉਹਦੇ ਉੱਪਰ ਹੁਸਨ ਉਹਦੀ ਪਰਫੈਕਸ਼ਨ ਉਹ ਬਹੁਤ ਸਵਾਂ 'ਚੋਂ ਇੱਕ ਕਬੂਤਰ ਹੁੰਦਾ ਸ਼ਾਇਦ ਕੋਈ ਐਸਾ ਹੋਵੇ ਜਿਹੜਾ ਨਸਲ ਦਾ ਚੰਗਾ ਨਾ ਹੋਵੇ ਅਤੇ ਦੇਖਣ 'ਚ ਐਸਾ ਲੱਗ ਰਿਹਾ ਹੋਇਆ ਤੁਸੀਂ ਇਹ ਸਾਰੇ ਦੇਖ ਰਹੇ ਹੋ ਨਸਲੀ ਬਲੱਡ ਲਾਈਨ ਵਾਲੇ ਕਬੂਤਰ ਨੇ ਅਤੇ ਇਹਨਾਂ ਦੀਆਂ ਇਹਨਾਂ ਦੇ ਪਰ ਵੀ ਤੁਸੀਂ ਦੇਖੇ ਅੱਖਾਂ ਵੀ ਦੇਖੀਆਂ ਅਤੇ ਬਾਕੀ ਅਸਲ ਇਹਨਾਂ ਦੀ ਲੈਬਾਰਟਰੀ ਜਿਹੜੀ ਹੈ ਉਹ ਆਸਮਾਨ ਠੀਕ ਹੈ ਉਹ ਜਦੋਂ ਇਹਨਾਂ ਨੂੰ ਛੱਡੀਦਾ ਅੱਲਾ ਦਾ ਸ਼ੁਕਰ ਇਹ ਐਂਜਨੀ ਵਿੱਚ ਸਾਰੇ ਕ੍ਰੋਸ ਜੋੜੇ ਲੱਗੇ ਨੇ ਅਤੇ ਬੱਚੇ ਬੜੇ ਅੱਛੇ ਕੱਢਦੇ ਨੇ ਪਰਫਾਰਮੈਂਸ ਬੜੀ ਅੱਛੀ ਆਉਂਦੀ ਅੱਲਾ ਦਾ ਸ਼ੁਕਰ ਇਸੇ ਕਰਕੇ 200 ਬੱਚੇ ਦਾ 250 ਬੱਚੇ ਦਾ ਐਡਵਾਂਸ ਆਰਡਰ ਹੈ ਅਤੇ ਅਲਹਮਦੁਲਿਲਾ ਇਹਨਾਂ ਦਾ ਰਿਜ਼ਲਟ ਅੱਛਾ ਹੈ ਇਹਨਾਂ ਦੇ ਨਾਲ ਅਸੀਂ ਜੋੜੇ ਜਿਸ ਹਿਸਾਬ ਨਾਲ ਆਏ ਨੇ ਨਾ ਮੈਂ ਤੁਹਾਨੂੰ ਹੁਣ ਉਹ ਤਰੀਕਾ ਦੱਸਦਾ ਬਲਕਿ ਤੁਹਾਨੂੰ ਉਹ ਲੱਗੇ ਹੋਏ ਜੋੜੇ ਦਾ ਸ਼ੌਕ ਕਰਾਉਣਾ ਹਨੀ ਬਾਈ ਯਾਰ ਤੁਸੀਂ ਛੱਡ ਦਿਓ ਜਿੱਦਰ ਜਿੱਦਰ ਦੇ ਹੈ ਪਤਾ ਲੱਗ ਜਾਏਗਾ ਨਾ ਮੈਂ ਹੁਣ ਤੁਹਾਨੂੰ ਸ਼ੌਕ ਕਰਾਉਣਾ ਜਿਸ ਤਰ੍ਹਾਂ ਅਸੀਂ ਇਹ ਜੋੜੇ ਲਗਾਏ ਨੇ ਇਹ ਆਹ ਦੇਖੋ 33 ਨੰਬਰ ਜੋੜਾ ਆਹ ਦੇਖੋ ਇਹ ਸਲਾਰਾ ਕਬੂਤਰ ਇਹ ਹਲੇ ਮੈਂ ਤੁਹਾਨੂੰ ਫੜ ਕੇ ਦਿਖਾਉਣਾ ਸੀ ਲੇਕਿਨ ਹੁਣ ਤੁਸੀਂ ਪਹਿਲੇ ਹੀ ਸਾਨੂੰ ਚੂੰਡੀ ਵੱਢ ਦਿੱਤੀ ਅਤੇ ਹੁਣ ਦੇਖੋ ਤੁਸੀਂ ਇਹ ਸਲਾਰਾ ਕਬੂਤਰ ਇਹਦੇ ਨਾਲ ਆ ਗੋਲਡਨ ਕਬੂਤਰੀ ਲੱਗੀ ਇਹ ਗੋਲਡਨ ਕਬੂਤਰੀ ਵੀ ਮੈਨੂੰ ਰਾਣਾ ਇਮਰਾਨ ਸਾਹਿਬ ਨੇ DHA ਵਾਲੇ ਇਹ ਉਹਨਾਂ ਦੀ ਆਪ ਉੱਥੇ ਉਹਨਾਂ ਦੀ ਛੱਤ ਦੇ ਉੱਤੇ 5-5, 6-6 ਵਜੇ ਤੀਕਰ ਉੱਡਦੀ ਰਹੀ ਆਪ ਪੱਠੀ ਸੀ ਅਤੇ ਇਹ ਸਰ ਇਸ ਤਰ੍ਹਾਂ ਜੋੜਾ ਲਗਾਈਦਾ ਸੀ ਫਿਰ ਇਹ ਅੱਗੇ ਬੱਚਾ ਪਲਿਆ ਤੁਸੀਂ ਦੇਖੋ ਤੁਸੀਂ ਸਾਰੇ ਸ਼ੌਕੀਨ ਬੰਦੇ ਹੋ ਦਿਸ ਦੇਖਣ ਦੀ ਹੱਦ ਤੀਕਰ ਜਸਾਮਤ ਦੀ ਹੱਦ ਤੀਕਰ ਰੰਗਤ ਦੀ ਹੱਦ ਤੀਕਰ ਤੁਸੀਂ ਦੇਖੋ ਕਿ ਇਹ ਬੱਚਾ ਦੋਸਤਾਂ ਨੂੰ ਪਸੰਦ ਆ ਰਿਹਾ ਕਿ ਨਹੀਂ ਆ ਰਿਹਾ ਅੱਛਾ ਨਿਕਲਿਆ ਨਾ ਇਹ ਦੇਖੋ ਇਹਦਾ ਫੇਸ ਦੇਖੋ ਕੈਸਾ ਅੱਛਾ ਜੀ ਹੁਣ ਹੋਰ ਤੁਹਾਨੂੰ ਦਿਖਾਵਾਂ ਸਲਾਰੇ ਜੋੜੇ ਲੱਗੇ ਹੋਏ ਇਹ ਦੇਖੋ ਇਹ ਸਲਾਰਾ ਕਬੂਤਰ ਇਹ ਦੇਖੋ ਇਹ ਸਲਾਰਾ ਕਬੂਤਰ
ਔਰ ਇਹਦੇ ਨਾਲ ਹੈ ਟੈਡੀ ਮਾਦੀ ਲੱਗੀ ਹੋਈ। ਇਹਦੇ ਬੱਚੇ ਮੇਰੇ ਕੋਲ ਆਪ ਸ਼ਾਮ ਸ਼ਾਮ ਤੀਕਰ ਇੱਥੇ ਉੱਡਦੇ ਨੇ, ਹਨੀ ਬਾਈ ਨੇ ਗਜਾਏ ਨੇ। ਅਤੇ ਇਹ ਨਾਲ ਇਹਦੇ ਪਿਓਰ ਟੈਡੀ ਕਬੂਤਰੀ ਲੱਗੀ ਹੈ, ਦੋ ਭੈਣਾਂ ਨੇ ਸਾਡੇ ਕੋਲ। ਇਹ ਕਬੂਤਰੀ ਦੇਖੋ, ਇਹ ਆਪ ਵੀ ਕਬੂਤਰੀਆਂ ਦੋ ਭੈਣਾਂ ਨੇ, ਬੜੀਆਂ ਅੱਛੀਆਂ ਪਰਵਾਜ਼ੀ ਨੇ। ਇਹ ਇਮਰਾਨ ਬਾਈ ਨੇ ਮੈਨੂੰ ਕਸੂਰੋਂ ਇਹ ਲੈ ਕੇ ਦਿੱਤੇ ਸੀ ਕਬੂਤਰੀਆਂ ਦੋਨੋਂ। ਅੱਛਾ ਹੁਣ ਤੁਹਾਨੂੰ ਇਹ ਬੱਜੜੇ ਲਾਏ ਨੇ ਜੀ। ਤਾਹਰ ਬਾਈ ਕੁਛ ਵੀ ਨਹੀਂ, ਸ਼ੌਕ ਕਰਾ ਰਹੇ ਹਾਂ ਜੀ, ਸਲਾਰੇ ਕਬੂਤਰਾਂ ਦਾ ਸ਼ੌਕ ਕਰਾ ਰਹੇ ਹਾਂ ਵਿੱਚ ਵਿੱਚ। ਅਤੇ ਹੋਰ ਤੁਹਾਨੂੰ ਇੱਕ ਜੋੜਾ ਲੱਗਾ ਦਿਖਾਵਾਂ ਸਲਾਰਿਆਂ ਦਾ। ਇਹ ਦੇਖੋ ਇੱਕ ਮੱਗਰ ਕਬੂਤਰੀ ਮੀਆਂ ਨਜ਼ੀਰ ਬਲੱਡ ਲਾਈਨ, ਅਸਲ ਪਿਓਰ ਕਬੂਤਰੀ ਤਸਵੀਰ। ਅੱਛਾ ਸਰ ਹੋਰ ਤੁਹਾਨੂੰ ਦਿਖਾਉਂਦੇ ਹਾਂ, ਫਿਰ ਇਹ ਕਬੂਤਰ ਲੱਗਾ ਇਹਦੇ ਨਾਲ ਸਲਾਰਾ ਦੇਖੋ, ਇਹ ਸਲਾਰਾ। ਫਿਰ ਇਹ ਬੱਚੇ ਇਸ ਜੋੜੇ ਦੇ ਇਹ ਜੀ ਬੜਾ ਆਲਾ ਮੇਰਾ ਜੋੜਾ, ਟੈਸਟਡ ਮੇਰਾ ਜੋੜਾ ਹੈ ਮਾਸ਼ਾਅੱਲਾ। ਇਹਨੇ ਵੀ ਇੱਕ ਬੱਚਾ ਕੱਢਿਆ ਹੋਇਆ ਹੁਣ। ਬਹਰਹਾਲ ਇਸ ਤਰ੍ਹਾਂ ਚੱਲਦਾ ਪਿਆ ਨਿਜ਼ਾਮ, ਅੱਲਾਹ ਦਾ ਸ਼ੁਕਰ ਹੈ। ਮੈਂ ਕਿਹਾ ਸਾਰੇ ਦੋਸਤ ਘਰ 'ਚ ਬੈਠੇ ਬੋਰ ਹੋ ਰਹੇ ਨੇ, ਅਤੇ ਮੇਰੀ ਕੋਸ਼ਿਸ਼ ਹੈ ਚਲੋ ਯਾਰ ਸਾਰਿਆਂ ਨੂੰ ਸ਼ੌਕ 'ਤੇ ਕਰਾਈਏ। ਇਹ ਪਿਓਰ ਜੋੜਾ ਲਾਇਆ ਟੈਡੀ, ਫਿਰ ਇਹ ਸਾਰਾ ਸਿਸਟਮ ਔਰ ਪੋਰਸ਼ਨ ਜਿਹੜਾ ਨਾ ਇਹ ਤੁਸੀਂ ਦੇਖਿਆ। ਅੱਗੇ ਵੀ ਮੈਂ ਤੁਹਾਨੂੰ ਦੋ ਤਿੰਨ ਦਫ਼ਾ ਇਹ ਦਾ ਸ਼ੌਕ ਕਰਾਇਆ। ਦੇਖੋ ਹੁਣ ਇਸ ਤਰ੍ਹਾਂ ਵੀ ਅਸੀਂ ਕ੍ਰੋਸ ਦੇ ਜੋੜੇ ਲਾਈ ਦੇ। ਇਹ ਮਾਸ਼ਾਅੱਲਾ ਇਹ ਟੈਡੀ ਕਬੂਤਰ ਪੱਠਾ ਹੈ ਹਲੇ, ਇਹਦੇ ਵਿੱਚ ਫੈਸਲਾਬਾਦੀ ਜੌਂ ਸਿਰਾ ਪਰ ਹੈ। ਅਤੇ ਇਹ ਨਾਲ ਜਿਹੜੀ ਹੈ ਬਟੇਰੀ ਪੈਂਤੀਆਂ ਵਾਲੀ ਬਟੇਰੀ ਮਾਦੀ, ਔਰ ਬਹੁਤ ਅੱਛੇ ਪਾਰਕ ਹੁੰਦਾ ਹੈ ਉਸ ਬਟੇਰੀ ਦਾ ਵੀ। ਕ੍ਰੋਸ ਲਾਇਆ ਦੇਖੋ, ਹਰ ਤਰ੍ਹਾਂ ਹੀ ਨਾ ਜੀ ਮਤਲਬ ਕ੍ਰੋਸ ਲਾ ਕੇ ਚੈੱਕ ਕੀਤਾ ਕਿ ਮੁਕੰਮਲ ਅਤੇ ਕੰਪਲੀਟ ਜ਼ਾਤ ਤੇ ਅੱਲਾਹ ਤਾਲਾ ਦੀ ਜ਼ਾਤ ਹੈ। ਅਤੇ ਅਸੀਂ ਆਪਣਾ ਹਰ ਤਜਰਬਾ ਕਰੀਏ, ਲਾਲ ਅੱਖਾਂ ਦੇ ਨਾਲ ਚਿੱਟੀਆਂ ਅੱਖਾਂ ਵੀ ਲਾਈਆਂ ਨੇ, ਫਿਰ ਬਟੇਰਿਆਂ ਦੇ ਨਾਲ ਚਿੱਟੀਆਂ ਵੀ ਲਾਈਆਂ, ਬਟੇਰਿਆਂ ਦੇ ਨਾਲ ਲਾਲ ਅੱਖਾਂ ਵੀ ਲਾਈਆਂ ਨੇ, ਛਾਤ ਵਾਲਿਆਂ ਦੇ ਨਾਲ ਵੀ ਲਾਈਆਂ ਨੇ। ਤੁਹਾਨੂੰ ਸ਼ੌਕ ਕਰਾ ਰਿਹਾ ਮੈਂ ਪਿਛਲੇ ਤਿੰਨ ਚਾਰ ਦਿਨ ਤੋਂ ਨਾ, ਹਰੇ ਅੱਧੇ ਸਲਾਰੇ ਤੁਹਾਨੂੰ ਦਿਖਾਏ ਗਏ, ਅੱਧੇ ਨਹੀਂ ਦਿਖਾਏ ਗਏ। ਤੁਹਾਨੂੰ ਇੱਕ ਸਲਾਰੇ ਦਾ ਤੁਰਦੇ ਫਿਰਦੇ ਸ਼ੌਕ ਕਰਾਉਣਾ ਅਗਰ ਕਾਬੂ ਆ ਜਾਏ ਤਾਂ। ਆਹ ਦੇਖੋ ਅੰਦਰ ਚਲਾ ਗਿਆ, ਆ ਜਾਏਗਾ, ਆ ਗਿਆ। ਇਹ ਮਲਕ ਸੁਫੀਆਨ ਸਾਹਿਬ ਨੇ ਮੈਨੂੰ ਦਿੱਤਾ ਵਾ ਅਪਡੇਟ ਆਉਣ ਵਾਲਿਆਂ ਨੇ। ਬਾਬਾ ਜੀ ਬੋਲੇ ਅੰਦਰ ਆ? ਨਹੀਂ ਮੈਂ ਬਾਹਰ ਆ ਰਹਾ। ਸਾਡਾ ਬਰੀਡਿੰਗ ਸੈਟਅਪ ਤੇ ਤੁਸੀਂ ਸਾਰੇ ਦੋਸਤਾਂ ਨੇ ਦੇਖਿਆ ਹੀ। ਮਲਕ ਆਦਲ ਭਾਈ ਕਹਿ ਰਹੇ ਆਪਣਾ ਫੇਵਰੇਟ ਕਬੂਤਰ ਦਿਖਾਓ। ਲਓ ਆਦਲ ਭਾਈ ਫੇਵਰੇਟ ਕਬੂਤਰ ਦੇਖੋ, ਉਹ ਹੁਣ ਤੇ ਆਂਡਿਆਂ ਦੇ ਉੱਤੇ ਉਹ ਬੈਠਾ ਹੋਇਆ, ਇਹ ਲੱਗੀ ਉਹਦੇ ਨਾਲ ਮਾਦੀ। ਚਲੋ ਇਹ ਵੀ ਮੇਰਾ ਫੇਵਰੇਟ ਕਬੂਤਰ ਹੈ, ਇਹ ਵੀ ਕਸੂਰੋ ਆਇਆ, ਚਾਚਾ ਬੜਾ ਮਸ਼ਹੂਰ ਆ ਉੱਥੇ ਸਾਡਾ, ਇਮਰਾਨ ਭਾਈ ਨੇ ਲੈ ਕੇ ਦਿੱਤਾ ਚਾਚਾ ਬੱਕਰਿਆਂ ਵਾਲਾ।
ਇਹ ਉਹਦਾ ਬਹੁਤ ਅੱਛਾ ਬੱਚੇ ਉਡਾ ਰਿਹਾ ਕਬੂਤਰ ਤੇ ਮੇਰੇ ਕੋਲ ਆਇਆ ਐ ਸਲਾਰੀ ਕਬੂਤਰੀ ਇਹਦੇ ਨਾਲ ਮੈਂ ਲਾਈ ਹੈ ਬੱਚੇ ਇਹਨੇ ਕੱਢੇ ਇਹ ਇੱਕ ਨੰਬਰ ਮੇਰਾ ਜੋੜਾ ਤਨਵੀਰ ਭਾਈ ਨੇ ਸਿਆਲਕੋਟ ਉਹਨਾਂ ਦੇ ਕੋਲ ਮਾਸ਼ਾਅੱਲਾ ਸ਼ਾਮ ਤੱਕ ਬੱਚਾ ਉੱਡਦਾ ਤੇ ਤਨਵੀਰ ਭਾਈ ਆ ਦੇਖ ਲਓ ਅੱਜ ਤੁਹਾਨੂੰ ਮੈਂ ਸੂਰਜ ਦੀ ਰੋਸ਼ਨੀ 'ਚ ਸ਼ੌਕ ਕਰਾ ਰਿਹਾ ਜੋੜੇ ਦਾ ਗਲਾ ਖਰਾਬ ਹੈ ਜੀ ਇਹ ਨਾਲ ਲਾਲ ਪਰੀ ਕਬੂਤਰੀ ਲੱਗੀ ਅਸਲ ਲਾਲ ਪਰੀ ਕਮੱਕਰ ਕਬੂਤਰੀ ਇਹਨੂੰ ਹੁਣ ਫਿਊਚਰ 'ਚ ਇਨਸ਼ਾਅੱਲਾ ਤਾਲਾ ਅਸੀਂ ਪਿਓਰ ਲਗਾਉਣਾ ਜੀ ਅਬਦੁਲ ਵਹੀਦ ਭਾਈ ਜ਼ਰੂਰ ਮੈਂ ਆਪ ਇਸੀ ਨੰਬਰ ਇਹ 03216704008 ਇਹ ਮੇਰਾ ਵਟਸਐਪ ਨੰਬਰ ਵੀ ਹੈ ਮੋਬਾਈਲ ਨੰਬਰ ਵੀ ਹੈ ਆਪ ਕਾਲ ਕਰਕੇ ਇਨਸ਼ਾਅੱਲਾ ਜਬ ਆਪ ਕਹੇ ਮੈਂ ਹਾਜ਼ਰ ਇਨਸ਼ਾਅੱਲਾ ਭਾਈ ਇਹ ਕ੍ਰੋਸ ਇੱਕ ਨੰਬਰ ਹੈ ਮੈਂ ਤਾਹਿਰ ਰਫੀਕ ਭਾਈ ਆਪਕੋ ਦਿਖਾਤਾ ਹੂੰ ਇਹ ਸਾਰੇ ਕ੍ਰੋਸ ਜਿਹੜੇ ਨੇ ਨਾ ਸਭ ਤੋਂ ਕਾਮਯਾਬ ਤਰੀਨ ਕ੍ਰੋਸ ਇਹ ਆ 23 ਨੰਬਰ ਮੇਰਾ ਜੋੜਾ ਅਲਹਮਦੁਲਿਲਾ ਅਲਹਮਦੁਲਿਲਾ ਇੱਕ ਦੇ ਦੇਈਏ ਇੱਕ ਹੀ ਉਹ ਬਾਜੀ ਚਾਹੁੰਦਾ ਇਹ ਕਬੂਤਰ ਜਿਹੜਾ ਹੈ ਨਾ ਹਾਂ ਕਬੂਤਰ ਭਾਈ ਮੁਸ਼ਤਾਕ ਨੇ ਟੈਨਿਸ ਵਾਲੇ ਉਹਨਾਂ ਦੇ ਘਰ ਦਾ ਅਤੇ ਇਹ ਦੋ ਮਾਦੀਆਂ ਜਿਹੜੀਆਂ ਨੇ ਇਹ ਮੇਰੇ ਕੋਲ ਤਕਰੀਬਨ 3 ਭੈਣਾਂ ਨੇ ਚੀਨੀਆਂ ਅਤੇ ਇੰਝ ਹੀ ਮੈਂ ਜੋੜੇ ਲਾਏ ਨੇ ਇਹ ਮੇਰੇ ਕੋਲ ਕਬੂਤਰ ਜਿਹੜੇ ਮੇਰੇ ਕੋਲ 5 ਭਰਾ ਨੇ ਮਾਦੀਆਂ 3 ਭੈਣਾਂ ਨੇ ਅਤੇ ਮੈਂ ਤਿੰਨੇ ਜੋੜੇ ਇੰਝ ਹੀ ਲਾਏ ਆ ਸਭ ਬੰਦ ਕਰ ਦਿਓ ਤੁਰੰਤ ਇਹ ਦੇਖੋ ਇਹ ਇਹ ਜੋੜਾ ਵੀ ਦੇਖੋ ਇਹ ਵੀ ਉਹੀ ਕਬੂਤਰ ਉਹਦਾ ਭਰਾ ਹੈ ਪਿਛਲੀ ਝੋਲੀ ਦਾ ਇਹ ਵੀ ਉੱਥੇ ਹੀ ਜਾਏ ਪੱਠੇ ਵਾਲੇ ਇਹ ਚੀਨੀ ਕਬੂਤਰੀ ਹੈ ਸੇਮ ਕ੍ਰਾਸ ਹੀ ਜੋੜੇ ਲੱਗੇ ਨੇ ਇਹ ਦੇਖੋ ਜੀ ਕੈਸਾ ਜੋੜਾ ਲਾਇਆ ਕ੍ਰਾਸ ਦੇ ਵਿੱਚ ਅਸੀਂ ਡੈਡੀ ਕਬੂਤਰ ਨਾਲ ਕਮੱਗਰ ਮਾਦੀ ਅਤੇ ਨਾਲ ਬੱਚੇ ਨਿਕਲੇ ਬੱਚੇ ਹੀ ਤੁਹਾਨੂੰ ਦੱਸ ਦੇਣਗੇ ਜੋੜਾ ਸਹੀ ਲੱਗਾ ਕਿ ਨਹੀਂ ਸਹੀ ਲੱਗਾ ਇਹ ਬੱਚਾ ਇੱਕ ਮੇਰਾ ਸ਼ਹਿਜ਼ਾਦਾ ਭਰਾ ਹੈ ਕਾਮਰਾਨ ਜੱਟ ਫਰੋਮ ਸਿਆਲਕੋਟ ਹਨੀ ਇਹ 32 ਨੰਬਰਾਂ ਦਾ ਬੱਚਾ ਕਿੱਧਰ ਕੀਤਾ ਬੇਟਾ ਇੱਕ 'ਚ ਛੱਡਦਾ ਅੱਛਾ ਇਹਨਾਂ ਦਾ ਬੱਚਾ ਉੱਥੇ ਜਾਣਾ ਇਹ 10 ਨੰਬਰ ਜੋੜਾ ਮਿਸਾ ਪਿਓਰ ਮਿਸਾ ਜੋੜਾ ਲੱਗਾ ਹੋਇਆ ਇਹ ਉਹਦਾ ਬੱਚਾ ਵੀ ਨਿਕਲਿਆ ਅੱਗੇ ਆਂਡੇ ਵੀ ਦਿੱਤੇ ਇਹ ਦੇਖੋ ਸਭ ਤੋਂ ਕਾਮਯਾਬ ਤਰੀਨ ਕ੍ਰੋਸ ਹੈ ਮੇਰੀ ਨਜ਼ਰ ਦੇ ਵਿੱਚ ਡੱਬ ਵਾਲੇ ਕਬੂਤਰ ਕਲੇਜੀ ਅੱਖਾਂ ਦੇ ਜਿਸ ਤਰ੍ਹਾਂ ਹੈ ਕਲਰ ਵੀ ਤੁਸੀਂ ਦੇਖ ਲਓ ਨਾਲ ਜੌਨ ਸਿਰੀਆਂ ਟੈਡੀ ਮਾਦੀਆਂ ਜਵਾਬ ਨਹੀਂ ਇਹਨਾਂ ਦੇ ਬੱਚਿਆਂ ਦਾ ਬਹੁਤ ਅੱਛੇ ਬੱਚੇ ਕੱਢਦੇ ਔਰ ਉੱਡਦੇ ਵੀ ਨਹੀਂ ਹਾਂਜੀ ਇੱਕ ਮਿੰਟ ਗੱਲ ਸੁਣਿਓ ਉਹ
ਉਹ ਜਿਹੜੀ ਆਹ ਕਬੂਤਰੀ ਨਹੀਂ ਭਾਈ ਮੁਸ਼ਤਾਕ ਦੇ ਘਰੋਂ ਆਈ ਚਿੱਟੀਆਂ ਅੱਖਾਂ ਦੀ ਮਗਰ ਕਬੂਤਰ ਨਾਲ ਲੱਗੀ ਹੈ। ਲਓ ਜੀ ਤੁਹਾਨੂੰ ਮੈਂ ਇੱਕ ਹੁਣ ਕ੍ਰਾਸ ਦਿਖਾਉਣਾ। ਭਾਈ ਮੁਸ਼ਤਾਕ ਨੇ ਕ੍ਰੋਸ ਕੀਤੇ ਸੀ ਬਟੇਰੇ ਕਬੂਤਰ ਆਪਣੇ, ਜਿਹੜੇ ਬਟੇਰੇ ਛੱਤ ਵਾਲੇ ਜਿਹੜੇ ਉਹਨਾਂ ਦੇ ਕਬੂਤਰ ਨੇ, ਉਹ ਉਹਨਾਂ ਨੇ ਕ੍ਰੋਸ ਕੀਤੇ ਫਿਰੋਜ਼ਪੁਰੀ ਕਬੂਤਰਾਂ ਦੇ ਨਾਲ। ਔਰ ਚਾਂਦ ਭੱਟ ਸਾਹਿਬ ਦੀ ਛੱਤ 'ਤੇ ਪੰਜਾਬ ਚੈਂਪੀਅਨ ਹੋਏ ਅਤੇ ਉੱਥੇ 7:15 ਵਜੇ ਤੀਕਰ, 8:15 ਵਜੇ, 8:30 ਵਜੇ ਤੀਕਰ ਉਹ ਦੋ ਭਰਾ ਇਕੱਠੇ ਬੈਠੇ। ਭਾਈ ਮੁਸ਼ਤਾਕ ਨੇ ਮੈਨੂੰ ਵੀ ਦਿੱਤੇ, ਫਿਰ ਮੈਂ ਉਹਨਾਂ ਦੇ ਵਿੱਚੋਂ ਇੱਕ ਕਬੂਤਰੀ ਦਾ ਤੁਹਾਨੂੰ ਸ਼ੌਕ ਕਰਾਉਣਾ। ਇਹ ਫਿਰੋਜ਼ਪੁਰੀ ਔਰ ਛੱਤ ਵਾਲਾ ਕ੍ਰਾਸ ਫੜੇ ਹੋਏ। ਜੀ ਦੋਸਤੋ ਇਹ ਦੇਖੋ, ਇਹ ਇਸ ਤਰ੍ਹਾਂ ਦਿਖਾਈਏ ਤੁਹਾਨੂੰ, ਇੱਥੇ ਠੀਕ ਆਏਗਾ ਤੁਹਾਨੂੰ। ਇਹ ਦੇਖੋ, ਇਹ ਫਿਰੋਜ਼ਪੁਰੀ ਔਰ ਛੱਤ ਵਾਲਾ ਇਹ ਕ੍ਰਾਸ ਆ, ਔਰ ਅੱਖਾਂ ਦੀ ਬ੍ਰਾਈਟਨੈਸ ਦੇਖੋ ਤੁਸੀਂ। ਜ਼ਰਾ ਕਲੋਜ਼ ਕਰਿਓ ਨਹੀਂ ਬਾਈ, ਜਾਂ ਬਟੇਰਾ ਅਤੇ ਫਿਰੋਜ਼ਪੁਰੀ ਕ੍ਰੋਸ ਕੀਤਾ ਜਾਂ ਛੱਤ ਵਾਲਾ ਅਤੇ ਫਿਰੋਜ਼ਪੁਰੀ, ਮਤਲਬ ਇਹ ਲਾ ਕੇ ਨਾ ਉਹਨਾਂ ਨੇ ਇਹ ਕਢਾਏ। ਇਹਦਾ ਮੂੰਹ ਦਿਖਾਓ ਜ਼ਰਾ ਲੰਬਾ ਪਿੱਛੇ ਨੂੰ, ਇਹਦਾ ਮੋਹਰੇ ਦਾ ਸਟਾਈਲ ਦੇਖੋ, ਅੱਖਾਂ ਦਾ ਰੰਗ ਦੇਖੋ। ਇਹ ਸਿਰਫ ਅਗਰ ਇੰਨੀ ਇੰਨੀ ਗਰਦਨ ਦੇਖ ਲਓ ਤੁਸੀਂ ਇਹਦੀ, ਤੁਹਾਨੂੰ ਚੁੰਝ ਦਾ ਸਟਾਈਲ ਹੀ ਦੱਸ ਦੇਗਾ ਇਹ ਕੀ ਹੈ। ਅਤੇ ਕੁੰਦਾ ਵੀ ਦੇਖੋ ਅੱਗੇ, ਇਹਦੇ ਨਾਲ ਮੈਂ ਕਮੱਗਰ ਕਬੂਤਰ ਲਗਾਇਆ ਸੀ ਅਤੇ ਉਹਨੇ ਮਾਸ਼ਾਅੱਲਾ, ਇੱਥੇ ਮੈਂ ਆਪਣੇ ਕੋਲ ਘਰ ਵੀ ਗਜਾਇਆ ਸੀ। ਆਹ ਧੁੱਪੇ ਕਰਕੇ ਜ਼ਰਾ ਦਿਖਾਓ ਨਹੀਂ ਭਾਈ, ਅੱਖ ਧੁੱਪੇ ਦੇਖੋ, ਅੱਖ ਕਿਤਨੀ ਬ੍ਰਾਈਟ, ਤੈਨੂੰ ਕਰ ਲਓ ਅੱਖ ਦੇਖੋ ਬ੍ਰਾਈਟਨੈਸ ਅੱਖ ਦੀ। ਇਸ ਤਰ੍ਹਾਂ ਦੀਆਂ ਵਰਾਇਟੀਆਂ ਵਿੱਚ ਨਿਕਲਦੀਆਂ ਰਹਿੰਦੀਆਂ ਔਰ ਸ਼ੌਕ ਹੁੰਦਾ ਰਹਿੰਦਾ। ਅਲਹਮਦੁਲਿਲਾ, ਅਤੇ ਤੁਹਾਨੂੰ ਹੋਰ ਲੱਗਾ ਹੋਇਆ ਜੋੜਾ ਦਿਖਾਉਣਾ ਵਾ ਮੈਂ, ਇਹਦੇ ਵਿੱਚ ਵੜ ਗਿਆ। ਕਬੂਤਰ ਕੈਸਾ ਬੈਠਾ, ਇੱਕ ਬੱਚੇ ਦਾ ਤੁਹਾਨੂੰ ਸ਼ੌਕ ਕਰਾਵਾਂ ਜੀ। ਸ਼ੌਕ ਕਰੋ ਜੀ, ਇਹ ਉਹ ਸਲਾਰੇ ਕਬੂਤਰ ਦਾ ਬੱਚਾ ਹੈ। ਇਹਦੀ ਮੈਂ ਥੋੜ੍ਹੇ ਦਿਨ ਪਹਿਲੇ ਇਹਦੀ ਫੋਟੋ ਵੀ ਲਾਈ ਸੀ। ਹੈਲੋ, ਇੰਨਾ ਕੀ ਜਿਹੜਾ ਨਾ ਇਹ ਤੇਜ਼ ਆ, ਪਤਾ ਇਹਨੂੰ ਕਿ ਕਿਸ ਤਰ੍ਹਾਂ ਖੜੇ ਹੋਣਾ ਕੀ। ਇਹਦੇ ਮਾਂ ਪਿਓ ਦਾ ਖਾਣਾ, ਇਹ ਬਾਪ ਹੈ ਇਹਦਾ, ਤੁਹਾਨੂੰ ਬਾਹਰ ਵੀ ਕੱਢ ਕੇ ਦਿਖਾਇਆ, ਇਹ ਇਹਦੀ ਮਾਂ ਹੈ। ਇੱਕ ਇਹ ਮਿੱਸਾ ਜੋੜਾ ਲੱਗਾ, 10 ਨੰਬਰ ਟੈਡੀ ਕਬੂਤਰ ਹੈ, ਨਾਲ ਮਿੱਸੀ ਮਾਤੀ ਲੱਗੀ। ਸਾਰੇ ਖੁੱਡਿਆਂ 'ਚ ਮਾਸ਼ਾਅੱਲਾ ਬੱਚੇ ਨੇ। ਜੀ ਦੋਸਤੋ, ਕੈਸਾ ਲੱਗਾ ਤੁਹਾਨੂੰ ਸ਼ੌਕ? ਹੋਰ ਕੋਈ ਕਿਸੇ ਦੋਸਤ ਨੇ ਕੋਈ ਸਵਾਲ ਪੁੱਛਣੀ ਚਾਹ ਰਹੇ ਹੋਣ ਦੋਸਤ, ਅਤੇ ਮੈਂ ਬਿਲਕੁਲ ਫ੍ਰੀ ਬੈਠਾ ਤੁਹਾਡੇ ਵਾਸਤੇ।
207 ਵਾਚਿੰਗ ਵਿਊਜ਼ ਨੇ, ਬਾਹਰ ਕਿਤੇ ਜਾ ਨਹੀਂ ਸਕਦੇ, ਅਤੇ ਮੈਂ ਚੌਧਰੀ ਸਾਹਿਬ ਨੂੰ ਜ਼ਰਾ ਵਿੱਚ ਨਾਲ ਲੈਣ ਦੀ ਕੋਸ਼ਿਸ਼ ਕਰਦਾ, ਚੌਧਰੀ ਮੁਸਤਫਾ ਸਾਹਿਬ ਨੂੰ ਜਾਂ ਫਿਰ ਅਦਨਾਨ ਬਾਈ ਨੂੰ, ਹੋਰ ਵੀ ਜਿਹੜੇ ਦੋਸਤ ਨਾਲ ਨੇ ਨਾ। ਨਹੀਂ ਚੱਲਦੇ ਟੁੱਟ ਲਾ ਕੇ ਪਰ ਕਿਤਨੇ ਜੋੜੇ ਜੀ, ਦਿਲ ਪੈ ਰਹੇ ਜੀ ਚੌਧਰੀ ਜਾਦ ਵਾਲੀ ਕੁੱਤਾ ਕਾ ਸ਼ੌਕ ਕਰਵਾਇਆ ਜਹਾਂਗੀਰ ਬਾਈ, ਉਹ ਤਾਂ ਕਿਰਾਇਆ ਉਸ ਦਿਨ ਸ਼ੌਕ ਪੱਠੇ ਦਾ ਵੀ ਕਿਰਾਇਆ ਸੀ ਉਹਨਾਂ ਦਾ, ਪਹਿਲੇ ਵੀ ਕਿਰਾਇਆ। ਜੈਨ ਬਾਈ ਮਿਸਟੇਕ ਕੀ ਆਂਖ ਮੇ ਓਰੀਜਨਲ ਫੁਰਕਾਨ ਬਾਈ, ਜੋ ਮੇਰੇ ਪਾਸ ਮਿਸੇ ਹੈ ਨਾ, ਇਨਮੇ ਦੋ ਕ੍ਰਾਸ ਹੈ, ਇੱਕ ਮਿਸੀ ਮਾਦੀ ਹੈ ਇਨਕੀ, ਔਰ ਜੋ ਬਾਪ ਥਾ ਵੋ ਇਨਕਾ ਮਿੱਸਾ ਥਾ, ਜਿਹੜੀ ਹੈ ਨਾ ਜਿਹੜੀ ਮੇਨ ਜਿੱਥੋਂ ਮੈਂ ਲਏ ਨੇ ਉਹਨਾਂ ਦੇ ਕੋਲ ਦੋ ਜੋੜੇ ਸੀ, ਇੱਕ ਪਿਓਰ ਮਿੱਸਾ ਜੋੜਾ ਸੀ ਔਰ ਇੱਕ ਮੀਆਂ ਸਾਹਿਬ ਵਾਲਾ ਤਸਵੀਰ ਵਾਲਾ ਕਬੂਤਰਾਂ ਦਾ ਜੋੜਾ ਸੀ, ਬਸ ਉਹੀ ਉਹਨਾਂ ਨੇ ਦੋ ਜੋੜੇ ਦੇ ਬੱਚੇ ਕਢਾ ਕੇ ਆਪਸ 'ਚ ਕ੍ਰੋਸ ਕਰਦੇ ਰਹੇ ਨੇ, ਅਤੇ ਸਾਡੇ ਕੋਲ ਜਿਹੜੇ ਨੇ ਇਹਨਾਂ ਦੇ ਵਿੱਚ 80% ਉਹ ਮੈਂ ਲਾਈਕ ਜ਼ਿਆਦਾ ਕੀਤੇ, ਜਿਨ੍ਹਾਂ ਦੇ ਵਿੱਚ ਅੱਖ ਜਿਹੜੀ ਕਮੱਗਰਾਂ ਵਾਲੀ ਮੀਆਂ ਸਾਹਿਬ ਵਾਲੀ ਜਿਹੜੀ ਅੱਖ ਹੈ ਉਹ, ਅਤੇ ਜਿਹੜਾ ਕਲਰ ਹੈ ਉਹ ਮਿਸਿਆਂ ਵਾਲਾ, ਇਹ ਦੋਨੋਂ ਕੰਮ ਆ ਗਏ ਉਹਨਾਂ ਦੇ ਵਿੱਚ, ਉਹ ਅੱਗੇ ਦੋਨੋਂ ਜਗ੍ਹਾ ਦੇ ਉੱਤੇ ਕੰਮ ਕਰ ਸਕਦੇ ਆ, ਆਪ ਵੀ ਉੱਡ ਸਕਦੇ, ਬੱਚੇ ਵੀ ਉੜਾ ਸਕਦੇ। ਜੀ ਫੈਸਲ ਇਜਾਜ਼ ਬਾਈ, ਬਿਲਕੁਲ ਲਾਈ ਜੀ, ਬਿਲਕੁਲ ਲਾਈ, ਤੁਹਾਡੀ ਮੁਹੱਬਤ ਹੈ ਜੀ, ਸਾਰੇ ਦੋਸਤਾਂ ਦੇ ਪਿਆਰ 'ਚ ਰੌਣਕ ਲਾਈ ਹੈ। ਮਜ਼ਰ ਜਾਵੇਦ ਸਾਹਿਬ ਬਹੁਤ ਸ਼ੁਕਰੀਆ ਜੀ, ਲਵ ਯੂ ਟੂ ਸਰ, ਲਵ ਯੂ ਟੂ। ਓਏ ਜੀ ਫਲਕ ਬਾਈ, ਬੇਟਾ ਨਹੀਂ ਪਿੱਛੇ ਕਰੋ, ਫਲਕ ਬਾਈ ਅੱਗੇ ਦਿਖਾਏ ਆ ਵਿੱਚ ਫਿਰੋਜ਼ਪੁਰੀ, ਕਾਫੀ ਦਿਖਾਏ ਹੈ, ਜਿਹੜਾ ਬੰਦ ਹੋਏਗਾ ਨਾ ਇੰਟਰਵਿਊ ਫਿਰ ਤੁਸੀਂ ਥੋੜ੍ਹਾ ਜਿਹਾ ਪੈਕ ਕਰਕੇ ਦੇਖਣਾ। ਬੇਟਾ ਪਿੱਛੇ ਕਰੋ, ਐਂਡ ਪਿੱਛੇ ਕਰੋ। ਵਾਲੇਕੁਮ ਸਲਾਮ ਨਦੀਮ ਰਬਾਨੀ ਬਾਈ, ਲਓ ਜੀ ਦੋਸਤੋ ਹੁਣ ਫਿਰ ਇਜਾਜ਼ਤ ਦਿਓ, ਬੜੀ ਮਿਹਰਬਾਨੀ ਸਾਰੇ ਦੋਸਤਾਂ ਨੇ ਟਾਈਮ ਦਿੱਤਾ, ਚਲੋ ਸਾਡਾ ਵੀ ਟਾਈਮ ਗੁਜ਼ਰ ਗਿਆ, ਕਬੂਤਰਾਂ ਦਾ ਸ਼ੌਕ ਵੀ ਹੋ ਗਿਆ, ਬੜੀ ਮਿਹਰਬਾਨੀ, ਆਪਣਾ ਖਿਆਲ ਰੱਖਿਓ, ਬਹੁਤ ਬਹੁਤ ਸ਼ੁਕਰੀਆ, ਅੱਲਾ ਹਾਫਿਜ਼।